ਚੱਕਾ ਚੱਲਿਆ ਕੋਟੇ ਵਾਲਾ ਸਰਦਾਰ ਸੁਖਦੇਵ ਸਿੰਘ ਦਾ ਪੁੱਤ ਤੇ ਕਹਿੰਦੇ ਅਰਜਨ ਸਿੰਘ ਦੇ ਪੋਤਰਾ ਕਬੱਡੀ ਦੇ ਖੇਡ ਮੈਦਾਨ ਦੇ ਜੱਗਾ ਕੋਟੇ ਵਾਲਾ ਜੱਗਾ ਜੰਮਿਆਂ ਦੇ ਮਿਲਣ ਵਧਾਈਆਂ ਵੱਡਾ ਹੋ ਕੇ ਕੌਡੀ ਖੇਡਦਾ ਜੱਗਾ ਜੰਮਿਆਂ ਦੇ ਮਿਲਣ ਵਧਾਈਆਂ ਵੱਡਾ ਹੋ ਕੇ ਕੌਡੀ ਖੇਡਦਾ ਖੇਡ ਮੈਦਾਨ ਚ ਜੱਗੇ ਦੀ ਪਈ ਹੋਈ ਕਬੱਡੀ ਹੈ ਸਿਰ ਤੇ ਜੂੜਾ ਜੂੜੇ ਤੇ ਬੰਨਿਆ ਰੁਮਾਲ ਕੌਡੀ ਖੇਡਦਾ ਸ਼ੌਂਕ ਦੇ ਨਾਲ ਲਓ ਪੁਆਇੰਟ ਧਾਬੀ ਦੇ ਸੇ ਜੁੜ ਗਿਆ ਉਹ ਜੱਗਾ ਨਹੀਂ ਫੜਦਾ ਮੇਰੇ ਵੀਰ ਪੰਜਾਬ ਦੀਆਂ ਕਹਿੰਦੇ ਖੇਡ ਕਲੱਬਾਂ ਦੇ ਵਿੱਚ ਵੱਡਾ ਨਾਂ ਹੈ ਐਨ ਪ੍ਰਮੋਟਰ ਮਗਰ ਮਗਰ ਫਿਰਦੇ ਆ ਵੀ ਜੱਗਾ ਸਾਡੇ ਵੱਲੋਂ ਖੇਡੇ ਕੋਈ ਕਹਿੰਦਾ ਜੱਗਾ ਸਾਡੇ ਵੱਲੋਂ ਖੇਡੇ ਇਹ ਮਹਾਂਪੁਰਸ਼ਾਂ ਦੀ ਦੇਣ ਹੈ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਰਮਨ ਭਿੰਡਰਾਂ ਵਾਲਾ ਰੇਡ ਪਾਉਣ ਦੇ ਲਈ ਵਾਧਾ ਹੈ ਕਿ ਜਬਰ ਜ਼ੁਲਮ ਦੀ ਜ਼ਾਲਮਾਂ ਇੱਥੇ ਹੱਦ ਮਕਾਈ ਬਣੇ ਪਿਆਸੇ ਖੂਨ ਦੇ ਨੇ ਭਾਈ ਭਾਈ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਭਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਪੁਆਇੰਟ ਧਾਬੀ ਦੇ ਸੇ ਜੁੜ ਗਿਆ ਚੱਲੋ ਗੁਰਗਾ ਪਾ ਕਬੱਡੀ ਕਿ ਖੇਡਦਾ ਕਬੱਡੀ ਵੇਖੋ ਪੁੱਤ ਜੱਟ ਦਾ ਨਾਹੀ ਆਰਾ ਵਾਂਗੂ ਆਉਂਦਾ ਧੂੜਾ ਪੱਟਦਾ ਪੱਟਲੇ ਜੇ ਝੰਡੀ ਫਿਰ ਫੜਦਾ ਨਾ ਹੋਰ ਨਹੀਂ ਸੋਨਾਲੀਕਾ ਜਿੰਨਾ ਬਿੱਲੋ ਜੱਟ ਵਿੱਚ ਜੋਰ ਨੀ ਸੋਨਾਲੀਕਾ ਜਿੰਨਾ ਬਿੱਲੋ ਜੱਟ ਵਿੱਚ ਜੋਰ ਨੀ ਲਓ ਸਾਹਮਣੇ ਚਾਰ ਖੜੇ ਹੈ ਕਿ ਮੁੜਕੋ ਮੁੜਕੀ ਹੋ ਕੇ ਲੱਗਾ ਜੋਰ ਚੋਬਰਾਂ ਦਾ ਉਹ ਕੰਡਾ ਵੀ ਨਹੀਂ ਚੁੱਭਦਾ ਜਿਸਮਕ ਠੋੜ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਉਹ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭਜਦੇ ਲਓ ਲਾਲ ਝੋੜ ਕਹਿੰਦੇ ਸ਼ਬਾਰ ਵਾਲਾ ਹਲਕਾ ਝੁਗਿਆ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਦੋ ਨੰਬਰ ਤੇ ਕੌਣ ਹੈ ਇਹ ਸ਼ਹੀਦਾਂ ਵਾਲਾ ਲਾਡੀ ਹੈ ਜਿਹਨੇ ਕਹਿੰਦੇ ਗੱਡਾ ਡਹੀਆਂ ਦੇ ਕਰਦਾ ਸਰਦਾਰ ਅਵਤਾਰ ਸਿੰਘ ਜੀ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਹੈ ਆ ਜੇਈ ਦਾ ਪੁੱਤ ਕਹਿੰਦੇ ਪੱਟੀ ਵਾਲਾ ਅੰਮ੍ਰਿਤ ਕਬੱਡੀ ਦੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਖੇਡ ਮੈਦਾਨ ਚ ਅੰਮ੍ਰਿਤ ਦੀ ਪਾਈ ਹੋਈ ਕਬੱਡੀ ਹੈ ਕਿ ਜੋ ਦਿਆਂ ਸਪੀਕਰਾਂ ਚ ਨਾ ਬੋਲਦਾ ਇੱਕ ਪਿੰਡ ਨਹੀਂ ਉਹ ਥਾਂ ਥਾਂ ਬੋਲਦਾ ਉਹ ਕਿਹਦਾ ਪੁੱਤ ਉਹ ਕਿਹਦਾ ਪੋਤਾ ਚੰਡੇ ਆਏ ਕਿਹੜੇ ਕੋਚ ਮਹਾਨ ਦਾ ਕਿ ਪੁੱਤ ਜਿੰਨਾ 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 ਮਾਵਾਂ ਨੇ ਕਬੱਡੀ ਖੇਡਦੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਲਓ ਧਰਮ ਕੋਟੀਆਂ ਲੱਖਾਂ ਖੇਡ ਮੈਦਾਨ ਚ ਕਬੱਡੀ ਪਾਉਣ ਵਾਸਤੇ ਵੱਧ ਆਇਆ ਕਿ ਗੁੰਦੇ ਪੱਟਾਂ ਤਾਂ ਹੀ ਜੱਜੇ ਹਰ ਤਰ੍ਹਾਂ ਦਾ ਹੀ ਕੱਛਾ ਕਿਤੇ ਚੱਲੇ ਤੱਕ ਨਹੀਂ ਕਿਤੇ ਚੱਲਦਾ ਏ ਧੱਕਾ ਉਹ ਕਰਦਾ ਕਬੱਡੀ ਨੂੰ ਪਿਆਰ ਪੰਜਾਬ ਦਾ ਬੱਚਾ ਬੱਚਾ ਲਓ ਇਹ ਕੌਣ ਹੈ ਇਹ ਹਰਦੀਪ ਢੱਲੋ ਹੈ ਜਿਹਨੇ ਕਹਿੰਦੇ ਵਰਲਡ ਕਬੱਡੀ ਕੱਪ ਤਹਿਲਕਾ ਮਚਾਇਆ ਪਰ ਪੁਆਇੰਟ ਧਾਬੀ ਦੇ ਸੇ ਜੁੜ ਗਿਆ ਲਓ ਕਬੱਡੀ ਸਾਹਮਣੇ ਕਹਿੰਦੇ ਬਾਰੂ ਖੇਡ ਮੈਦਾਨ ਚ ਪਾਉਣ ਵਾਸਤੇ ਵੱਧ ਆਇਆ ਬਾਰੂ ਦੀ ਪਈ ਹੋਈ ਕਬੱਡੀ ਹੈ ਸਾਹਮਣੇ ਚਾਰ ਖੜੇ ਆ ਜਾਫੀ ਚੌਹਾਂ ਭਰਾਵਾਂ ਦੀ ਘੁੰਮਦੀ ਚੈਨ ਕਿ ਚਾਰ ਖੜੇ ਜਾਫੀ ਧਾਬੀ ਆ ਗਿਆ ਭੱਜ ਕੇ ਕੌਣ ਖਿੱਚੂ ਗਿੱਟੇ ਕੌਣ ਲੱਗੂ ਭੱਜ ਕੇ ਕਿਹਦੇ ਮੋਟੇ ਪੱਟ ਉਹ ਕਿਹਦੇ ਡੌਲੇ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਪੁਆਇੰਟ ਧਾਬੀ ਦੇ ਸੇ ਜੁੜ ਗਿਆ ਉਧਰਲੇ ਪਾਸੇ ਸਾਡੇ ਪੰਜਾਬ ਪੁਲਿਸ ਦੀ ਬੜੀ ਸਤਿਕਾਰਯੋਗ ਸ਼ਖਸੀਅਤ ਹੈ ਮੇਰੇ ਵੀਰੋ ਰਜੇਸ਼ ਕੱਕੜ ਜੀ ਪੁੱਜੇ ਹੈ ਆਪਾਂ ਸਤਿਕਾਰ ਕਰਾਂਗੇ ਲਾਓ ਸਾਹਮਣੇ ਅਗਲੀ ਰੇਡ ਕਬੱਡੀ ਦੇ ਗਰਾਊਂਡ ਅੰਦਰ ਮੈਨੂੰ ਲੱਗਦਾ ਵੀ ਸੁੱਕਿਆ ਸੁੱਖ ਹੈ ਨੌਜਵਾਨ ਪਾ ਕਬੱਡੀ ਤੇ ਭੱਜਿਆ ਆਉਂਦਾ ਜਿਵੇਂ ਬੂਟੇ ਨੇ ਕਿਹਾ ਵੀ ਇਹ ਨੌਜਵਾਨ ਨੇ ਗਰੀਬੀ ਜਿਹੜੀ ਅੱਤ ਦੀ ਹੰਡਾਈ ਹੈ ਡੀਪੀ ਸਾਹਿਬ ਡੀਪੀ ਸਾਹਿਬ ਨੇ ਵੀ ਬੜਾ ਸਾਥ ਇਸ ਖਿਡਾਰੀ ਦਾ ਦਿੱਤਾ ਮੇਰੇ ਵੀਰੋ ਤੇ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਤੇ ਹੋਈ ਆ ਬੱਲੇ ਬੱਲੇ ਸੁੱਗਾ ਸਾਹਿਬ ਆਹ ਪਲੇਅਰ ਦਾ ਇੱਕ ਵਾਰੀ ਨਾਮ ਮੈਨੂੰ ਜ਼ਰੂਰ ਦੱਸੀ ਫੇਰੂ ਮਾਨੀਆ ਵੀ ਇਹ ਨੌਜਵਾਨ ਨੇ ਪਹਿਲੇ ਮੈਚ ਦੇ ਵਿੱਚ ਵੀ ਲਾਓ ਕਾਲਾ ਕਹਿੰਦੇ ਧੂੜ ਕੋਟੀਆਂ ਖੇਡ ਮੈਦਾਨ ਚ ਕਬੱਡੀ ਪਾਉਣ ਵਾਸਤੇ ਵਧਿਆ ਆ ਕਾਲੇ ਦੀ ਪਈ ਰੇਡ ਹੈ ਚਾਰ ਜਾਫੀ ਕਹਿੰਦੇ ਪ੍ਰਾਇਮਰੀ ਸਕੂਲ ਦੇ ਥੰਮਾਂ ਵਰਗੇ ਆ ਮੁੰਡਾ ਕਹਿੰਦੇ ਐ ਧੱਕੀ ਫਿਰਦਾ ਕੇਕੇ ਸਾਹਿਬ ਜਿੱਦਾਂ ਭਈਆ ਅਮਰੂਦਾਂ ਵਾਲੀ ਰੇਹੜੀ ਤੱਕਦਾ ਪੁਆਇੰਟ ਕਹਿੰਦੇ ਜੁੜ ਗਿਆ ਧਾਬੀ ਦੇ ਸੇ ਜੁੜਦਾ ਹੋਇਆ ਪੁਆਇੰਟ ਰੇਡਰ ਦੇ ਸੇ ਜੁੜਦਾ ਆਇਆ ਚੱਲ ਉਹ ਰਮਨ ਆ ਗਿਆ ਕਹਿੰਦੇ ਭਿੰਡਰਾਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਵਾਸਤੇ ਵੱਧ ਆਇਆ ਰਮਨ ਦੀ ਪਈ ਹੋਈ ਕਬੱਡੀ ਹੈ ਕਿ ਗੋਲ ਜਿਹਾ ਦਾਣਾ ਵਿੱਚ ਹੰਦੇ ਦੋ ਦਿਸਦੇ ਚੜ ਜਾਂਦਾ ਚਾ ਜਾ ਖਿਡਾਰੀ ਵਿੱਚ ਦਿਸਦੇ ਜਾਈਏ ਬਲਿਹਾਰੇ ਉਹਦੇ ਜਿੰਨੇ ਕਾੜ ਦੀ ਕੱਢੀ ਹੈ ਖੇਡ
कबड्डी यार खेडनी कबड्डी है दो शौक मित्रां दे पाउणा भंगड़ा ते खेडनी कबड्डी दो शौक मित्रां दे पाउणा भंगड़ा ते खेडनी कबड्डी लाओ सामने कहंदे जग आ गया कोटे वाला महापुरख बैठे खुश है पूरी जथेबंदी महापुरखां दी खुश है क्योंकि कोटे वाला आस्ट्रेलिया खेडिया कोटे वाला मलेशिया खेडिया कोटे वाला कहंदे न्यूजीलैंड खेडिया ते कोटे वाला कनेडा खेडूगा कोटे वाला कनेडा खेडूगा क्वांटा वीरे से जुड़ गया मैनू लगदा सुगा साहब मक्खन चले गया नौजन कनेडा दी धरती ते नहीं ते कोई दा अज भूरियां वाले गिंदर दे नाल हरदीप ढिल्लों नौजवाना ला के जफा लवा दे स्वाद नौजवाना आओ महाबली रणजीत सिंह जे जूंदा रह जांदा ओ कीदी हस्ती मंगला खोड़न काना लै जांदा लाहौर ते नजरां हुंदियां ना जे आंड गवांड दियां साडे गोरे पौंदे पठे मेमा भांडे मांजदियां साडे गोरे पौंदे पठे मेमा भांडे मांजदियां ਪਾਣ ਧਾਵੀ ਦਾ ਚਾਲੋ ਗੁਰਗਾ ਪਾ ਕਬੱਡੀ ਕਿਨੇ ਪਾਉਣੀ ਹੈ ਲਓ ਖੇਡ ਮੈਦਾਨ ਚ ਕਬਰੂ ਦੀ ਪਈ ਹੋਈ ਕਬੱਡੀ ਹੈ ਸਾਹਮਣੇ ਚਾਰ ਖੜੇ ਆ ਜਾਫੀ ਚਾਰੋ ਤਕਨੀਕੀ ਹੈ ਇੱਕ ਕੰਨੀ ਤੇ ਕੌਣ ਆ ਨਾਲਾ ਭਗਿਆੜ ਨਾਲੇ ਭਗਿਆੜ ਦੀ ਕਬੱਡੀ ਹਿੱਸੇ ਰੱਖੋ ਨੌਜਵਾਨਾ ਪਾਣ ਧਾਵੀ ਦਾ ਨਾਲਿਆ ਲਾ ਗਿਆ ਤੂੰ ਮੈਨੂੰ ਧੋਕ ਸੁੱਗਾ ਸਾਹਿਬ ਨਾਲਾ ਭਗਿਆੜ ਵੀ ਕਹਿੰਦੇ ਮਰਨ ਮਰਾਉਣ ਕਰ ਦਿੰਦਾ ਲੈ ਵੀ ਨਾਲਿਆ ਅੱਜ ਕਰੋ ਜਾਂ ਮਰੋ ਵਾਲੀ ਟੱਕਰ ਹੋਈ ਆ ਮੇਰੇ ਵੀਰ ਕੁਲਵੰਤ ਸਿੰਘ ਜੀ ਕਾਲੋਂ ਪੁੱਜੇ ਆ ਜੋਗੇ ਵਾਲੀ ਆ ਗਗਨ ਕਹਿੰਦੇ ਕੈਨੇਡਾ ਦੀ ਧਰਤੀ ਤੇ ਗਿਆ ਉਹਦੀ ਘਾੜ ਜਿਹੜੀ ਲੈ ਲਿਆ ਜ਼ਰੂਰ ਰੜਕਦੀ ਹੋਊਗੀ ਅੱਜ ਦੇ ਇਸ ਕਬੱਡੀ ਕੱਪ ਤੇ ਸੁੱਗਾ ਸਾਹਿਬ ਆ ਵੀ ਨੌਜਵਾਨ ਲੱਖਾ ਧਰਮ ਕੋਟੀਆ ਐਨ ਮਲੇਸ਼ੀਆ ਦੀ ਧਰਤੀ ਤੇ ਵੱਡੇ ਧਾਵੇ ਬੋਲ ਕੇ ਪਰਤਿਆ ਕੁਆਂਡ ਕਹਿੰਦੇ ਲੱਖਾ ਧਰਮ ਕੋਟ ਦਾ ਆਪਣੇ ਖਾਤੇ ਵਿੱਚ ਜੋੜ ਗਿਆ ਅਗਲੀ ਰੇਡ ਸਿੱਖ ਸਰਦਾਰ ਨੌਜਵਾਨ ਪਾਉਣ ਦੇ ਲਈ ਵਾਧਾ ਚੰਨ ਮਾਤਾ ਗੁਜਰੀ ਦਾ ਬੈਠਾ ਕੰਡਿਆਂ ਤੇ ਛੇਜ ਵਿਛਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਲਓ ਪੱਟੀ ਵਾਲਾ ਮਰਦਾ ਕਹਿੰਦੇ ਸਰਦਾਰ ਅਵਤਾਰ ਸਿੰਘ ਜੀ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜਈ ਹੈ ਉਹ ਜਈ ਦੇ ਪੁੱਤ ਦੀ ਕਬੱਡੀ ਜਈ ਦਾ ਮੁੰਡਾ ਬਿਜਲੀ ਵਾਂਗੂ ਭੱਜਦਾ ਬਿਜਲੀ ਵਾਂਗੂ ਭੱਜਦਾ ਤੁਹਾਨੂੰ ਪਤਾ ਜਈ ਨੂੰ ਕਿੰਨੀ ਕੁ ਖੱਟੀ ਹੁੰਦੀ ਹੈ ਜਿੱਦਣ ਪਿੰਡ ਚ ਤੜਕੇ ਦੇ ਗੇੜਾ ਮਾਰ ਦੇਣਾ 5-6 ਵਜੇ ਫੇਰ ਸਮਝੋ ਮਹਾਂਪੁਰਖੋ ਪੈਸਿਆਂ ਨਾਲ ਜੇਬਾਂ ਭਰੀਆਂ ਹੀ ਜਾਂਦੀਆਂ ਸੁੱਗਾ ਸਾਹਿਬ ਚਾਹ ਨਹੀਂ ਪੀਣ ਦਿੰਦੇ ਜਦੋਂ ਪਤਾ ਲੱਗ ਜਾਂਦਾ ਦੁਨੀਆ ਕੋਠਿਆਂ ਤੇ ਚਾੜ ਦਿੰਦੀ ਹੈ ਕਿਉਂਕਿ ਕੁੰਡੀ ਹਰੇਕ ਆਦਮੀ ਲਾਉਂਦਾ ਫਰੰਦੀਪੁਰੀ ਆ 7 ਰੁਪਏ ਜੂਨਟ ਹੈ ਕਿਉਂਕਿ 7 ਰੁਪਏ ਜੂਨਟ ਹੈ ਪੰਜਾਬ ਉਹ ਕੁੰਡੀ ਲੱਗੇ ਬਿਨਾ ਕਿਵੇਂ ਆ ਕਿਸਾਨਾਂ ਨੇ ਘੇਰਨਾ ਸੀ ਮੋਦੀ ਦੇ ਘੇਰ ਲੈ ਦੋਧੀ ਘੇਰਨਾ ਮੋਦੀ ਸੀ ਘੇਰ ਲੈ ਦੋਧੀ ਭੁਲੇਖਾ ਪੈ ਗਿਆ ਕੁੰਡੀ ਲਾਉਣੀ ਤਾਂ ਮੋਦੀ ਮੋਦੀ ਘੇਰੋ ਦੇ 1 ਰੁਪਏ ਯੂਨਿਟ ਕਰਾਉਣੀ ਦੋਧੀ ਨਾ ਘੇਰੋ ਸੁੱਗਾ ਸਾਹਿਬ ਜਿੰਨੀ ਬਜਲੀ ਪੰਜਾਬ ਦੇ ਚ ਮਹਿੰਗੀ ਆ ਕਿਤੇ ਵੀ ਨਹੀਂ ਇੰਨੀ ਮੈਨੂੰ ਲੱਗਦਾ ਵੀ 2-2.5 ਰੁਪਏ ਤੋਂ ਕਿਤੇ ਵੀ ਯੂਨਿਟ ਮਹਿੰਗੀ ਨਹੀਂ ਪਰ ਪੰਜਾਬ ਦੇ ਵਿੱਚ 7 ਰੁਪਏ ਯੂਨਿਟ ਆ ਮੇਰੇ ਵੀਰਿਓ ਲਾਓ ਮਜਬੂਰੀ ਬਣ ਗਈ ਹੈ ਰਮਨ ਭਿੰਡਰਾਂ ਵਾਲਾ ਖੇਡ ਮੈਦਾਨ ਦੇ ਵਿੱਚ ਕੌਡੀ ਪਾਉਣ ਦੇ ਲਈ ਵਾਧਾ ਡਾਂਗ ਉੱਤੇ ਡੇਰਾ ਜੱਟਦਾ ਇਸ ਗੱਲ ਦਾ ਝੂਠ ਨਾ ਜਾਣੀ ਕੁੰਡੀਆਂ ਨੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਵੇ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਵੇ ਖਾਣੀ ਲਾਓ ਭਿੰਡਰਾਂ ਵਾਲਾ ਭਿੰਡਰਾਂ ਵਾਲਾ ਕਰ ਗਿਆ ਗੋਡਿਆਂ ਪਰ ਨੇ ਮੈਨੂੰ ਤੇ ਕਹਿੰਦਾ ਘੱਗਰਾ ਨਹੀਂ ਪਾਉਂਦੀ ਮੈਂ ਪਾਇਆ ਸ਼ਰਦਾਈ ਜੇਠ ਦੀ ਨਜ਼ਰ ਬੁਰੀ ਮੈਂ ਗੋਡਿਆਂ ਪਰਨੇ ਪਈ ਜੇਠ ਦੀ ਨਜ਼ਰ ਬੁਰੀ ਮੈਂ ਗੋਡਿਆਂ ਪਰਨੇ ਪਈ ਚਾਲੋ ਗੁਰਗਾ ਪਾ ਕਬੱਡੀ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਕਾਲਾ ਆ ਗਿਆ ਕਦੇ ਕਬੱਡੀ ਪਾਉਣ ਵਾਸਤੇ ਚਾਰ ਖੜੇ ਹੈ ਕਿ ਬਾਜ ਵਰਗੀ ਨਿਗਾਹ ਹੁੰਦੀ ਹੈ ਜਿਹੜੇ ਧਾਵੀਆਂ ਦੀ ਹੱਥ ਜਾਪੀ ਨੂੰ ਲਾਈ ਜਾਂਦੇ ਨੇ ਲੰਗੇ ਆਣੀਆਂ ਜੋਧਿਆ ਤੇ ਚਾਰ ਜਵਾਨੀ ਦੇ ਜਿਹੜੇ ਗੱਭਰੂ ਸਾਂਭ ਗਏ ਉਹ ਛਾਈ ਜਾਂਦੇ ਨੇ ਲਓ ਉਧਰ ਕਹਿੰਦੇ 14 ਜੂਨ ਨੂੰ ਫੁੱਟਬਾਲ ਦਾ ਵਰਲਡ ਕੱਪ ਹੋਣ ਜਾ ਰਿਹਾ ਜਿਹੜੀ ਸਾਰੇ ਵਰਲਡ ਦੀ ਫੇਮਸ ਗੇਮ ਹੈ 14 ਜੂਨ ਨੂੰ ਕਹਿੰਦੇ ਫੁੱਟਬਾਲ ਦਾ ਵਰਲਡ ਕੱਪ ਹੋਣ ਜਾ ਰਿਹਾ ਜਿਹਦੇ ਵਿੱਚ ਕਹਿੰਦੇ ਇੰਡੀਆ ਦੀ ਟੀਮ ਖੇਡੂਗੀ ਰੂਸ ਤੋਂ ਹੋਊਗਾ ਸ਼ੁਰੂ ਲਓ ਉਹ ਕੌਣ ਹੈ ਇਹ ਕੌਣ ਹੈ ਉਹ ਸ਼ੀਤਾ ਵਾਲਾ ਸ਼ੀਤਾ ਵਾਲਾ ਸ਼ੀਤਾ ਵਾਲਾ ਸ਼ੀਤਾ ਵਾਲਾ ਸ਼ੀਤਾ ਵਾਲਾ ਉਹ ਕਿੰਨਾ ਕੁ ਸਵਾਦ ਆਇਆ ਤਾੜੀ ਤੂੜੀ ਮਾਰ ਦਿਓ ਸਵਾਦ
ਸਵਾਦ ਸਵਾਦ ਕਬੱਡੀ ਦਾ ਮਜ਼ਾ ਕਬੱਡੀ ਦਾ ਮਜ਼ਾ ਕਬੱਡੀ ਦਾ ਪੁਆਇੰਟ ਪੁਆਇੰਟ ਕਹਿੰਦੇ ਜੁੜ ਗਿਆ ਧਾਬੀ ਦੇ ਸੋ ਜੱਗਾ ਆ ਗਿਆ ਮੇਰੇ ਵੀਰ ਕਬੱਡੀ ਦੇ ਗਰਾਊਂਡ ਅੰਦਰ ਉਧਰਲੇ ਪਾਸੇ ਜਾਫੀ ਵੀ ਚੋਟੀ ਦੇ ਤੇ ਧਾਬੀ ਵੀ ਕਮਾਲ ਦੇ ਚਾਰੇ ਪਾਸੇ ਚਰਚੇ ਹਥੌੜੀ ਵਾਲੇ ਲਾਲ ਦੇ ਲਾਓ ਸਾਹਮਣੇ ਬਾਂਹ ਫੜ ਕੇ ਕਦੇ ਨੀ ਅਸੀਂ ਛੱਡੀ ਦੋ ਸ਼ੌਂਕ ਮਿੱਤਰਾਂ ਦੇ ਪਾਉਣਾ ਭੰਗੜਾ ਤੇ ਖੇਡਣੀ ਕਬੱਡੀ ਦੋ ਸ਼ੌਂਕ ਮਿੱਤਰਾਂ ਦੇ ਪਾਉਣਾ ਭੰਗੜਾ ਤੇ ਖੇਡਣੀ ਕਬੱਡੀ ਅੱਜ ਸੱਤ ਮੈਚ ਹੈ ਮੇਰਾ ਖਿਆਲ ਛੇ ਸੱਤ ਕਮੈਂਟਰ ਹੈ ਉਹ ਵੀ ਸਮਾਂ ਸੀ ਜਦੋਂ ਪ੍ਰਭ ਧਾਲੀਵਾਲ ਕੱਲਾ ਹੀ ਕਮੈਂਟਰੀ ਕਰ ਜਾਂਦਾ ਸੀ ਜਗੋ ਪੈਸੇ ਪੁੱਛਦਾ ਸੀ ਕਹਿੰਦਾ ਕੋਈ ਗੱਲ ਨੀ ਜੀ ਰਹਿਣ ਦੋ ਤੇਲ ਪਾਣੀ ਜੋ ਕੇ ਦੇਣੇ 10 ਵੀ ਦੇ ਦੋ ਉਦੋਂ ਪੈਟਰੋਲ ਵੀ ਸਸਤਾ ਸੀ ਧਾਲੀਵਾਲ ਲਾਓ ਦਰਸ਼ਨ ਸਿੰਘ ਦਾ ਪੁੱਤ ਆ ਪੁਆਇੰਟ ਕਹਿੰਦੇ ਧਾਬੀ ਦੇ ਹਿੱਸੇ ਜੁੜ ਗਿਆ ਪੁਆਇੰਟ ਟ੍ਰੇਡਰ ਦਾ ਚੱਲ ਉਹ ਕਬਰਗਾ ਪਾ ਕਬੱਡੀ ਖੇਡ ਮੈਦਾਨ ਚ ਤਕੜਾ ਕਬੱਡੀ ਦਾ ਮੈਚ ਜਿਹਦਾ ਪਾਕਾ ਹੀ ਆਨੰਦ ਆਉਂਦਾ ਨਾ ਕਰਾਂ ਜ਼ੋਰ ਦੀ ਤਾੜੀ ਮਾਰ ਕੇ ਦੱਸੋ ਕਬੱਡੀ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਘਰਾਲੇ ਵਾਲਿਓ ਜ਼ੋਰ ਦੀ ਮਾਰ ਦੋ ਤਾੜੀਆਂ ਵੱਜੀਆਂ ਤਾੜੀਆਂ ਤੋਂ ਪਤਾ ਲੱਗਦਾ ਇਹਨਾਂ ਲੋਕਾਂ ਦੇ ਮਨ ਲੱਗਿਆਂ ਦਾ ਇੱਥੇ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਇੱਥੇ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਪੁਆਇੰਟ ਧਾਬੀ ਦਾ ਲਓ ਰਮਣਾ ਭਿੰਡਰਾਂ ਵਾਲਾ ਆ ਗਿਆ ਕਬੱਡੀ ਦੇ ਖੇਡ ਮੈਦਾਨ ਦੇ ਕਬੱਡੀ ਪਾਉਣ ਇਸੇ ਨਗਰ ਦਾ ਮਹਾਨ ਕਬੱਡੀ ਦਾ ਖਿਡਾਰੀ ਹੈ ਭਿੰਡਰਾਂ ਵਾਲਾ ਰਮਨ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੈ ਐਨ ਕਹਿੰਦੇ ਪਿੰਡੇ ਦੇ ਉੱਤੇ ਵਾਧੂ ਮਾਸ ਨਹੀਂ ਡੀਪੀ ਸਾਹਿਬ ਨਾ ਜਾਣਦੇ ਕੀਤੀ ਮਿਹਨਤ ਹੈ ਐਨ ਸਾਂਭਿਆ ਸਰੀਰ ਹੈ ਕਬੱਡੀ ਦੇ ਗਰਾਊਂਡ ਵਿੱਚ ਨਾ ਜਾਣ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੈ ਸਰਦਾਰ ਜੋਤਾ ਸਿੰਘ ਜੀ ਸਰਵਾ ਵੀ ਤੱਕਦੇ ਹੈ ਆਹ ਜੱਸਾ ਕਹਿੰਦੇ ਰਾਜਪੁਰ ਭਾਈਆਂ ਵਾਲਾ ਜੋਤੇ ਸਭਰਾ ਨੂੰ ਸਭ ਤੋਂ ਪਹਿਲਾਂ ਜੇ ਸੋਨੇ ਦਾ ਕੜਾ ਪਿਆ ਨਾ ਕਿ ਆ ਮੰਦਿਰ ਦੇ ਸੋਨੇ ਦਾ ਕੜਾ ਜੋਤੇ ਸਭਰਾ ਨੂੰ ਮਹਾਂਪੁਰਖਾਂ ਨੇ ਪਾਇਆ ਇਕਰਾ ਜ਼ੋਰ ਦੀ ਤਾੜੀ ਮਾਰ ਦੋ ਮੇਰੇ ਵੀਰ ਮਾਤਾ ਸੰਤੋਖ ਦਾ ਕੌਰ ਜੀ ਉਹਨਾਂ ਨੇ ਸਭਰਾਵਾਂ ਵਾਲੇ ਜੋਤੇ ਨੂੰ ਸਭ ਤੋਂ ਪਹਿਲਾਂ ਸੋਨੇ ਦਾ ਕੜਾ ਪਾਇਆ ਜੋਤੇ ਨੇ ਅਮਰੀਕਾ ਜਾਣਾ ਸੀ ਕੜੇ ਦਾ ਕਰਕੇ ਅਮਰੀਕਾ ਦਾ ਵੀਜ਼ਾ ਛੱਡਤਾ ਮੋਣਾ ਧਾਲੀਵਾਲ ਅਮਰੀਕਾ ਚਲੇ ਗਿਆ ਪੱਕਾ ਆ ਗਿਆ ਪਰ ਜੋਤੇ ਸਭਰਾ ਨੇ ਕਿਹਾ ਮਹਾਂਪੁਰਖਾਂ ਨੇ ਬੁਲਾਇਆ ਸੋਨੇ ਦਾ ਕੜਾ ਪੈਣਾ ਮੈਂ ਮਹਾਂਪੁਰਖਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਇਕਰਾ ਜੋਤੇ ਦੀ ਬਾਬਤ ਕਿਸੇ ਲਿਖਿਆ ਕਿ ਜਿਹੜਾ ਹੇਠ ਉੱਤੇ 40-40 ਕਬੱਡੀਆਂ ਪਾਉਂਦਾ ਸੀ ਹਾਂ ਰੱਬ ਦੀ ਜਿਹੜਾ ਕਦੇ ਕਿਸੇ ਦੇ ਹੱਥ ਨਹੀਂ ਆਉਂਦਾ ਸੀ ਸਿੰਘਪੁਰੀਆ ਜਿਹਨੂੰ ਜੱਗ ਜਾਣਦਾ ਆਹੂ ਲਾਈਏ ਨੂੰ ਦੁਨੀਆ ਅੱਜ ਵੀ ਚੇਤੇ ਕਰਦੀ ਆ ਮਹਾਂਪੁਰਸ਼ੋ ਜੋਤੇ ਸਭਰਾਈਏ ਨੂੰ ਦੁਨੀਆ ਅੱਜ ਵੀ ਚੇਤੇ ਕਰਦੀ ਆ ਜੋਤੇ ਸਭਰਾਈਏ ਲਾਡ ਝੋਡ ਲਾਡ ਝੋਡ ਪੁਆਇੰਟ ਧਾਬੀ ਦੇ ਸੇ ਜੁੜ ਗਿਆ ਪੁਆਇੰਟ ਟ੍ਰੇਡਰ ਦਾ ਖੇਡ ਕਬੱਡੀ ਫੁਰਤੀ ਦੀ ਕੰਮ ਭਿੜਨਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲਗੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲਗੋਟੇ ਦਾ ਉਹ ਬਾਰੂ ਆ ਗਿਆ ਕਹਿੰਦੇ ਮੇਰੇ ਵੀਰ ਕਬੱਡੀ ਦੇ ਗਰਾਊਂਡ ਚ ਰੁੜਕੇ ਵਾਲੇ ਬਾਰੂ ਦੀ ਰੇਡ ਹੈ ਲੈ ਵੀ ਵਕੀਲਾਂ ਵਾਲਿਆ ਜਾਂ ਕਹਿੰਦੇ ਨੈਲੇ ਬਗਿਆੜ ਨੂੰ ਵੀ ਇਹ ਨੌਜਵਾਨ ਸੁਕਾਣਾ ਜਾਵੇ ਲੱਖੇ ਆਪਦੇ ਕਬੱਡੀ ਕੱਪ ਤੋਂ 9-11 ਜਿੱਤ ਕਹਿੰਦੇ ਨੌਜਵਾਨ ਨੇ ਐਨ ਬੱਲੇ ਬੱਲੇ ਕਰਵਾ ਦਿੱਤੀ ਗਗੜਾ ਪਿੰਡ ਮਸ਼ਹੂਰ ਕਰ ਦਿੱਤਾ ਇਸ ਕਬੱਡੀ ਦੇ ਖਿਡਾਰੀ ਨੇ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਲੱਖਾ ਕਹਿੰਦੇ ਧਰਮਕੋਟ ਦੀ ਧਰਤੀ ਦਾ ਲੈ ਵੀ ਨੌਜਵਾਨ ਬਿੱਲਿਆ ਤੇਰਾ ਗਵਾਂਢੀ ਕਬੱਡੀ ਪਾਉਣ ਦੇ ਲਈ ਵਾਧਾ ਖੇਡ ਮੈਦਾਨ ਦੇ ਵਿੱਚ ਆਪਾਂ ਤੱਕਾਂਗੇ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਪਿਆਰ ਨਾਲ ਸ਼ੌਂਕ ਨਾਲ ਲਾਲਚ ਜਾਂ ਡੰਡੇ ਨਾਲ ਪਹਿਲਾ ਵਾਰ ਕਲਮਾ ਨਾ ਪਿੱਛੋਂ ਵਾਰ ਖੰਡੇ ਨਾਲ ਪਹਿਲਾ ਵਾਰ ਕਲਮਾ ਨਾ ਪਿੱਛੋਂ ਵਾਰ ਖੰਡੇ ਨਾਲ ਸਾਡੇ ਬਹੁਤ ਸਤਿਕਾਰਯੋਗ ਮੇਰੇ ਵੀਰ ਰਣਜੀਤ ਬਬਲੂ ਜੀ ਪੂਰੇ ਖੁਸ਼ ਹੈ ਖੁਸ਼ ਕਿ ਨਾ ਹੋਣ ਪਲਟ ਕਬੱਡੀ ਕਾਪਰ ਦਾ ਮਾਹੌਲ ਬਣ ਗਿਆ ਮਾਹੌਲ ਬਣਿਆ ਵਾ ਪਲਟ ਕਬੱਡੀ ਕਾਪਰ ਦਾ ਘਰਿਆਲੇ ਦੀ ਧਰਤੀ ਜਿੱਥੋਂ ਦੇ ਕਹਿੰਦੇ ਰੇਸ਼ਮ ਨੇ ਕਬੱਡੀ ਖੇਡੀ ਬਲਕਾਰਾ ਬੰਨ ਕਬੱਡੀ ਦਾ ਕਹਿੰਦੇ ਮਹਾਨ ਖਿਡਾਰੀ ਹੋਇਆ ਜਿਹਦਾ ਅੱਜ ਕਹਿੰਦੇ ਐਲਈਡੀ ਦਾ ਸਨਮਾਨ ਹੋਣਾ ਬਲਕਾਰੇ ਬੰਨ ਦਾ ਲਾਓ ਤਗੜਾ ਕਬੱਡੀ ਦਾ ਮੈਚ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਕਾਲਾ ਕਬੱਡੀ ਪਾਉਣ ਵਾਸਤੇ ਵੱਧ ਆਇਆ ਕਾਲੇ ਦੀ ਕਬੱਡੀ ਦੇ ਬੈਗ ਤੇ ਰਣਜੀਤ ਸਿੰਘ ਕਿਹੜਾ ਮੌਤ ਨੂੰ ਮਾਸੀ ਆਖੇ ਕਿਹੜਾ ਭੌਰ ਨੂੰ ਛੇੜੇ ਜੇ ਮੈਂ ਸੱਪ ਵਾਂ ਲੜ ਜਾ ਕਾਲ ਜੇ ਤੇਰੇ ਜੇ ਮੈਂ ਸੱਪ ਵਾਂ ਲੜ ਜਾ ਕਾਲ ਜੇ ਤੇਰੇ ਲਾਲ ਸਾਹਮਣੇ ਕਬੱਡੀ ਦੇ ਗਰਾਊਂਡ ਚ ਲੈ ਵੀ ਸੁੱਗਾ ਸਾਹਿਬ ਮੇਰਾ ਖਿਆਲ ਵੀ ਅੱਜ 45-46 ਡਿਗਰੀ ਟੈਂਪਰੇਚਰ ਸੀ ਤੇ ਮਹਾਂਪੁਰਸ਼ ਜਦੋਂ ਆ ਗਏ ਕਬੱਡੀ ਦੇ ਗਰਾਊਂਡ ਵਿੱਚ ਜਦੋਂ ਬੈਠ ਕੇ ਮਹਾਂਪੁਰਸ਼ ਮੇਨ ਸਟੇਜ ਦੇ ਉੱਤੇ
ਤੇ ਸੁੱਕਿਆ ਧਰਮਣਾ ਠੰਡ ਲੱਗਦੀ ਹੈ ਐਨ ਬਹਾਰਾਂ ਬਣੀਆਂ ਇਸ ਧਰਤੀ ਉੱਤੇ ਰੌਣਕਾਂ ਲੱਗੀਆਂ ਲਓ 2015 ਦੇ ਵਿੱਚ ਗੱਭਰੂ ਕਹਿੰਦੇ ਬੈਸਟ ਆਇਆ ਪੂਰੇ ਯੂਰਪ ਦਾ ਬੈਸਟ ਆਇਆ ਗੋਪੀ ਫੇਰੂ ਮਾਨੀਆ ਪੁਆਇੰਟ ਕਹਿੰਦੇ ਜੁੜ ਗਿਆ ਧਾਬੀ ਦੇ ਸੇ ਬੈਚ ਦਾ ਹਾਫ ਸਮਾਂ ਹੋ ਗਿਆ ਅਗਲੀ ਗੱਲ ਬੈਕ ਤੇ ਰਾਣਾ ਸਿੰਘਪੁਰੀਆ ਮੇਰਾ ਵੀਰ ਬੈਕ ਤੇ ਆ ਜੇ ਉਧਰਲੇ ਪਾਸੇ ਹਾਂਜੀ ਮਹਾਂਪੁਰਖਾਂ ਵੱਲੋਂ ਪੰਜਾਬੀ ਬੋਲਣ ਦਾ ਵੱਡਾ ਪਿਆਰ ਪੁੱਜਾ ਅਗਲੀ ਗੱਲ ਬੈਕ ਤੇ ਮੇਰਾ ਛੋਟਾ ਵੀਰ 13 ਪੁਆਇੰਟ ਨੇ ਇੱਕੋ ਮਿੰਟ ਸੁੱਕਾ ਸਾਹਿਬ 13 ਪੁਆਇੰਟ ਹੈ ਜੋਗੇ ਵਾਲੇ ਦੇ ਸਾਢੇ 17 ਪੁਆਇੰਟ ਨੇ ਮਹਾਂਪੁਰਸ਼ਾਂ ਦੀ ਟੀਮ ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲੇ ਦੇ 13 ਤੇ 17 ਦੇ ਨਾਲ ਟੱਕਰ ਹੋ ਗਈ ਆ ਮੇਰੇ ਵੀਰਿਓ ਕਬੱਡੀ ਦੇ ਗਰਾਊਂਡ ਵਿੱਚ ਹਾਫ ਸਮਾਂ ਵਾਟਰ ਬ੍ਰੇਕ ਕੁਝ ਆਰਾਮ ਦੇ ਪਲ ਨੇ ਦੋਵੇਂ ਟੀਮਾਂ ਕਹਿੰਦੇ ਚੋਟੀ ਦੀਆਂ ਕਿ ਛੱਡ ਕੇ ਤੁਰ ਗਈ ਯਾਰ ਉਹ ਕੱਲੇ ਨੂੰ ਮਿਸ ਕਰਦੀ ਬੜਾ ਸਿੱਖ ਝੱਲੇ ਨੂੰ ਉਂਜ ਮੇਰੇ ਬਿਨਾ ਉਹ ਮਰਦੀ ਆ ਕਿ ਗੱਲ ਗੱਲ ਤੇ ਗਰਾਰੀ ਅੜਦੀ ਆ ਗੱਲ ਗੱਲ ਤੇ ਗਰਾਰੀ ਅੜਦੀ ਆ ਉਹਦੇ ਵਿੱਚ ਆਸਟ੍ਰੇਲੀਆ ਚਰਚੇ ਆ ਯਾਰਾਂ ਤੇ 5-7 ਪਰਚੇ ਆ ਉਹ ਇਸੇ ਗੱਲ ਤੇ ਸੜਦੀ ਆ ਗੱਲ ਗੱਲ ਤੇ ਗਰਾਰੀ ਅੜਦੀ ਆ ਗੱਲ ਗੱਲ ਤੇ ਗਰਾਰੀ ਅੜਦੀ ਆ ਕੌਂਟ ਟਵਿੱਟਰ ਔਰ ਕੈਟ ਤੋਂ ਚੱਕਦੇ ਆ ਚੈਟ ਹੁੰਦੀ ਵੱਟ ਸੱਪਦੇ ਆ ਕਿ ਕਾਲ ਵੈਬਰ ਤੋਂ ਕਰਦੀ ਆ ਗੱਲ ਗੱਲ ਤੇ ਗਰਾਰੀ ਅੜਦੀ ਆ ਗੱਲ ਗੱਲ ਤੇ ਗਰਾਰੀ ਅੜਦੀ ਆ ਗੱਲ ਕਹਿੰਦੇ ਬਠਿੰਡੇ ਜ਼ਿਲ੍ਹੇ ਵਿੱਚ ਫੈਲੀ ਆ ਮੁੰਡਾ ਜਲਾਲ ਦਾ ਇੱਕ ਵੈਲੀ ਆ ਜਿਹਦੀ ਸਹੇਲੀ ਮੈਲਬੋਰਨ ਪੜਦੀ ਆ ਗੱਲ ਗੱਲ ਤੇ ਗਰਾਰੀ ਅੜਦੀ ਆ ਗੱਲ ਗੱਲ ਤੇ ਗਰਾਰੀ ਅੜਦੀ ਆ ਸਾਡੇ ਸਰਦਾਰ ਪ੍ਰਤਾਪ ਸਿੰਘ ਜੀ ਸਰਾਲੀ ਮੰਡ ਗੋਰੇ ਦੇ ਹਾਜ਼ਰ ਸਾਹਿਬ ਪੁੱਜੇ ਪ੍ਰਭ ਧਾਲੀਵਾਲ ਜੀ ਹਾਲੇ ਤੱਕ ਜਾਣ ਪਹਿਚਾਣ ਨਹੀਂ ਹੋਈ ਹਾਂਜੀ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੈ ਤੇ ਸਪੁੱਤਰ ਕਹਿੰਦੇ ਕੈਨੇਡਾ ਦੀ ਧਰਤੀ ਪਹਿਲਾਂ ਮੇਰੇ ਵੀਰੋ ਆਸਟ੍ਰੇਲੀਆ ਖੇਡਿਆ ਭੀਮ ਦੇ ਨਾਲ ਸਰਦਾਰ ਪ੍ਰਤਾਪ ਸਿੰਘ ਜੀ ਪੁੱਜੇ ਹੈ ਪੰਜਾਬ ਲਈ ਦੀ ਬੜੀ ਸਤਿਕਾਰਯੋਗ ਸ਼ਖਸੀਅਤ ਹੈ ਅਗਲੀ ਗੱਲ ਮਾਈਕ ਤੋਂ ਰਾਣਾ ਸਿੰਘਪੁਰੀਆ ਕਰੂਗਾ ਮੇਰਾ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੱਡੀਆਂ ਰੌਣਕਾਂ ਲੱਗੀਆਂ ਕਹਿੰਦੇ ਘਰਿਆਲੇ ਦੀ ਧਰਤੀ ਤੇ ਮਾਤਾ ਸੰਤੋਖ ਕੌਰ ਜੀ ਦੀ 10ਵੀਂ ਵਰਸੀ ਹੈ ਲਓ ਸਾਹਮਣੇ ਕਹਿੰਦੇ ਰਮਨ ਪਰ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਵਿੱਚ ਜੁੜ ਗਿਆ ਹੈ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਹੈ ਅਗਲੀ ਰੇਡ ਜੱਗਾ ਹੈ ਕਹਿੰਦੇ ਕੋਟੇ ਵਾਲਾ ਕਲਸੀ ਦਾ ਚੰਡਿਆ ਚੇਲਾ ਜੱਗਾ ਕੋਟੇ ਦਾ ਜਿੱਥੇ ਖੇਡੇ ਲੁੱਟ ਦਾ ਮੇਲਾ ਜੱਗਾ ਕੋਟੇ ਦਾ ਸਿੰਘਪੁਰੀਆ ਇਹ ਸੋਹਣੀ ਖੇਡ ਦਿਖਾਉਂਦਾ ਏ ਇੰਜ ਲੱਗਦਾ ਮਿਲਖਾ ਸਿੰਘ ਭੱਜਿਆ ਆਉਂਦਾ ਏ ਲਓ ਸਾਹਮਣੇ ਸੋਨੀ ਵਕੀਲਾਂ ਵਾਲਾ ਕਰਦਾ ਟਰਾਈ ਪਰ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਵਿੱਚ ਜੁੜ ਗਿਆ ਹੈ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਹੈ ਅਗਲੀ ਰੇਡ ਲਓ ਸਾਹਮਣੇ ਨਾਦ ਝੋਟ ਛੁਪਾਰ ਪਿੰਡ ਵਾਲਾ ਏ ਲੁਧਿਆਣੇ ਦਾ ਏਰੀਆ ਕਿ ਚੱਲ ਮੇਲੇ ਨੂੰ ਚੱਲੀਏ ਪਾਵੇ ਗੇਰ ਤੂੰ ਗੱਡੀ ਦਾ ਘਰਿਆਲੇ ਪਿੰਡ ਵਿੱਚ ਮੇਲਾ ਲੱਗਿਆ ਮਾਂ ਖੇਡ ਕਬੱਡੀ ਦਾ ਪੁਆਇੰਟ ਕਹਿੰਦੇ ਜੱਪ ਪੁਆਇੰਟ ਧਾਵੀ ਦੇ ਹਿੱਸੇ ਵਿੱਚ ਜੁੜ ਗਿਆ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਮਾਤਾ ਜੀ ਕਹਿੰਦੇ ਨੇ ਅਗਲੇ ਮੈਚ ਵਿੱਚ ਰਾਣੇ ਸਿੰਘਪੁਰੀ ਨੂੰ ਮੌਕਾ ਮਿਲੇਗਾ ਵੱਡਾ ਧੰਨਵਾਦ ਹੈ ਅਗਲੀ ਮਾਈਕ ਤੇ ਗਾਉ ਹਰਦਿਆਲ ਸੁੱਗਾ ਤੇ ਨਾਲ ਰਣਜੀਤ ਸੁੱਗਾ ਜੀ ਕਰਨਗੇ ਆਓ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਕੁਲਵੰਤ ਸਿੰਘ ਜੀ ਕਾਲੋਂ ਦਾ ਚੰਡਿਆ ਖਿਡਾਰੀ ਖੇਡ ਮੈਦਾਨ ਦੇ ਵਿੱਚ ਨਹੀਂ ਉਹ ਰੀਸਾ ਨੌਜਵਾਨਾਂ ਨੈਲਿਆ ਨੌਜਵਾਨਾਂ ਸਵਾਦ ਲਿਆ ਦੇ ਟਵਿੰਕਲ ਖੰਨਾ ਨੇ ਭੰਗੜਾ ਪਾਇਆ ਸੁੱਗਾ ਸਾਹਿਬ ਨੈਲੇ ਬਘਿਆੜ ਦੇ ਜੋਹਿਆਂ ਤੇ ਨੈਲਿਆ ਅੱਜ ਇੰਨਾ ਸ਼ਾਂਤ ਕਿਉਂ ਹੈ ਗੱਭਰੂਆ ਜਹੇ ਲਾ ਕੇ ਲਿਆ ਦੇ ਸਵਾਦ ਮਹਾਂਪੁਰਸ਼ ਤੱਕ ਰਿਹਾ ਗੱਭਰੂਆ ਕਬੱਡੀ ਦੇ ਗਰਾਊਂਡ ਦਰ ਲਾਓ ਲੱਖਾ ਆ ਗਿਆ ਕਹਿੰਦੇ ਧਰਮ ਕੋਟੀਆਂ ਕਿ ਪੱਟਾਂ ਦੇ ਨਾਲ ਪੱਟ ਨਹੀਂ ਖਾਂਦੇ ਦੌੜਿਆਂ ਨੂੰ ਕਹਿੰਦੇ ਹੱਥ ਨਹੀਂ ਪੈਂਦੇ ਲੋਕੀ ਉਂਗਲਾਂ ਕਰ ਪੁੱਛਦੇ ਨੇ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਕਿਹੜੇ ਪਿੰਡ ਦੇ ਗੱਭਰੂ ਹੈ ਜਿਹੜੇ ਵਿੱਚ ਮੈਦਾਨ ਦੇ ਬੁੱਕਦੇ ਨੇ ਜਿਹੜੇ ਵਿੱਚ ਮੈਦਾਨ ਦੇ ਬੁੱਕਦੇ ਨੇ ਆਜ਼ਾਦ ਲਾਈਵ ਦਾ ਗਗਨ ਮੇਰਾ ਵੀਰ ਪੰਜਾਬ ਲਾਈਵ ਦਾ ਗਗਨ ਮੇਰਾ ਵੀਰ ਸਟੇਜ ਤੇ ਆ ਜੇ ਤਾਬੇ ਨੂੰ ਐਲਸੀਡੀ ਮਿਲ ਲੱਗੀ ਹੈ ਮੈਂ ਬੇਨਤੀ ਕਰਦਾ ਮੇਰੇ ਵੀਰ ਆਵੇ
ਪੰਜਾਬ ਲਾਈਵ ਦਾ ਗਗਨ ਮਹਾਂਪੁਰਖਾਂ ਵੱਲੋਂ ਸਨਮਾਨ ਤਾਪੇ ਸੁਰ ਸਿੰਘੀ ਦਾ ਕਰਾਂ ਜ਼ੋਰ ਦਰੀ ਤਾੜੀ ਮਾਰਦੇ ਵਰੇ ਵੀਰ ਸੁਰ ਸਿੰਘੀ ਪ੍ਰਤਾਪ ਦਾ ਐਲਈਡੀ ਦੇ ਨਾਲ ਮਾਣ ਸਤਿਕਾਰ ਹੋ ਰਿਹਾ। ਮਹਾਂਪੁਰਸ਼ੋ ਇਹ ਵੀ ਨੌਜਵਾਨ ਅੰਗਰੇਜ਼ਾਂ ਦੇ ਦੇਸ਼ ਵਿੱਚ ਖੇਡ ਆਇਆ, ਇੰਗਲੈਂਡ ਕੈਨੇਡਾ ਦੀ ਧਰਤੀ ਦੇ ਉੱਤੇ ਮੇਰੇ ਵੀਰਿਓ ਵਿਸ਼ੇਸ਼ ਸਨਮਾਨ। ਹਾਂਜੀ ਬਲਕਾਰਾ ਬਣ ਆ ਜੇ ਦੁਨੀਆ ਦਾ ਮਹਾਨ ਜਿਹੀ ਬਲਕਾਰਾ ਬਣ। ਸਾਡੇ ਰਜੇਸ਼ ਸਕੱਤਰ ਜੀ SHO ਸਾਹਿਬ ਸਿੱਧੀ ਪੱਟੀ ਵਾਲੇ ਮੇਰੇ ਵੀਰਿਓ, ਉਹਨਾਂ ਦਾ ਵੀ ਮਾਨ ਤੇ ਸਨਮਾਨ ਆਪਾਂ ਕਰਦੇ ਇਸ ਧਰਤੀ ਉੱਤੇ। ਆਓ ਸੁੱਖ ਹੈ ਮੇਰੇ ਵੀਰ ਗੁਰਜੀਤ ਪੱਟੀ ਆ ਜੇ ਜੀ, ਗੁਰਜੀਤ ਪੱਟੀ ਇੱਕ ਮਿੰਟ ਰਣਜੀਤ, ਗੁਰਜੀਤ ਪੱਟੀ ਆ ਜੇ ਆਪਣਾ ਮਾਣ ਸਤਿਕਾਰ ਮੁਬਾਰਕਬਾਦ ਹੈ ਤਾਬੇ, ਮੁਬਾਰਕਬਾਦ ਬਲਕਾਰਾ ਬਨ ਦੁਨੀਆ ਦਾ ਮਹਾਨ ਜਾਫੀ ਹੈ ਜਿਹਨੇ ਮੀਏ ਮਟੀਏ ਕਾਲੇ ਨੂੰ 5000 ਦਾ ਜਫਾ ਮਹਾਂਪੁਰਖੋ ਰਾਜੋਗਾਂ ਦੀ ਧਰਤੀ ਤੇ ਲਾਇਆ। ਸੁਖਾ ਸਾਹਿਬ ਬਲਕਾਰੇ ਬਨ ਨੂੰ ਕਹਿ ਦਈਏ ਵੀ ਘਰੇ ਹੁਣ ਪਾਰਟੀ ਦਾ ਪ੍ਰਬੰਧ ਕਰ ਲਵੇ, ਕਿਉਂਕਿ ਅੱਜ ਨਗਰ ਦੇ ਵਿੱਚ ਮਾਨ ਤੇ ਸਨਮਾਨ ਮਹਾਂਪੁਰਸ਼ਾਂ ਨੇ ਬਖਸ਼ਿਆ ਮੇਰੇ ਵੀਰਿਓ ਕਿ ਨਿਉਕੇ ਰਹਿਣਾ ਹੱਥ ਜ਼ਰੂਰੀ, ਮਿਹਰ ਦਾ ਚਾਹੀਦਾ, ਕਰਨੀ ਜੇ ਬਦਮਾਸ਼ੀ ਦੇ ਦਿਲ ਛੇੜ ਦਾ ਚਾਹੀਦਾ, ਖੇਡਣੀ ਹੋਵੇ ਕਬੱਡੀ ਕੋਚ ਦੀ ਝਿੜਕ ਜ਼ਰੂਰੀ ਹੈ, ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਹੈ, ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਹੈ। ਹਾਂਜੀ ਗਿੰਦਰ ਭੂਰੇ ਆ ਜੇ, ਭੂਰਿਆਂ ਵਾਲਾ ਗਿੰਦਰ ਆਵੇ ਜੀ ਮਾਣ ਸਤਿਕਾਰ ਲੈਣ ਵਾਸਤੇ। ਗਿੰਦਰ ਭੂਰੇ ਲਾਓ ਮੇਰੇ ਵੀਰਿਓ, ਰਮਨ ਭਿੰਡਰਾਂ ਵਾਲਾ ਖੇਡ ਮੈਦਾਨ ਦੇ ਵਿੱਚ ਪਾ ਕਬੱਡੀ ਭੱਜ ਆ। ਥੈਂਕ ਯੂ ਮੱਲੀ ਸਾਹਿਬ ਠੋਕ ਜਾ ਕੇ ਇਸ਼ਾਰੇ ਕਰ ਰਹੇ। ਹਾਂਜੀ ਸੁੱਗਾ ਸਾਹਿਬ ਇਧਰਲੇ ਪਾਸੇ ਅਗਲੇ ਜਿਹੜੇ ਸਨਮਾਨ ਹੈ ਉਹ ਮੈਚ ਖਤਮ ਹੋਏ ਤੋਂ ਸਾਡੇ ਰਜੇਸ਼ ਕੱਕੜ ਜੀ SHO ਸਿੱਧੀ ਪੱਟੀ। ਹਾਂਜੀ ਮੈਂ ਪਹਿਲਾਂ ਸੁੱਗਾ ਸਾਹਿਬ ਕਿਹਾ ਵੀ ਮੈਚ ਬੜਾ ਤਗੜਾ ਤੇ ਮਹਾਂਪੁਰਸ਼ ਮੈਚ ਜਿਹੜਾ ਤੱਕ ਰਿਹਾ, ਆਪਾਂ ਮੈਚ ਹੋਣ ਦੀਏ ਮੇਰੇ ਵੀਰਿਓ। ਆਓ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਨੌਜਵਾਨੇ ਝੋਕੇ ਪਾਈ ਹੋਈ ਕਬੱਡੀ ਹੈ, ਆਓ ਨਹੀਂ ਉਹ ਰੀਸਾ ਨੌਜਵਾਨ, ਮੈਂ ਆ ਪੁੱਤ ਪੰਜਾਬੀ ਮਾਂ ਦਾ, ਸਿੱਕਾ ਚੱਲਦਾ ਮੇਰੇ ਨਾਂ ਦਾ, ਹੋਣ ਤਰੀਫਾਂ ਨੇ ਬੜੀਆਂ, ਮਾੜੇ ਕੰਮ ਕਦੇ ਨਾ ਕੀਤੇ ਤਾਈਓ ਗੁੱਡੀਆਂ ਨੇ ਜੜੀਆਂ, ਮਾੜੇ ਕੰਮ ਕਦੇ ਨਾ ਕੀਤੇ ਤਾਈਓ ਗੁੱਡੀਆਂ ਨੇ ਚੜੀਆਂ। ਲਓ ਆ ਗਿਆ ਨਾੜ ਝੋੜ ਛਪਾਰ ਵਾਲਾ ਖੇਡ ਮੈਦਾਨ ਕਬੱਡੀ ਪਾ ਰਿਹਾ ਹੈ, ਛਪਾਰ ਵਾਲੇ ਨਾੜ ਝੋੜ ਦੀ ਪਈ ਹੋਈ ਕਬੱਡੀ ਹੈ ਕਿ ਪਲ ਤੋਂ ਪਲ ਹੀ ਹੁੰਦਾ ਝੂਠਾ ਜਾ ਸਕੂਨ, ਕਿ ਜੋਗ ਵਾਂਗੂ ਚੂਸਦਾ ਸਰੀਰ ਵਿੱਚੋਂ ਖੂਨ, ਰਹਿੰਦੀ ਰੌਣ ਪਹਿਣਾ ਮੂੰਹ ਤੇ ਅੱਖਾਂ ਜਾਣ ਤੱਡੀਆਂ, ਲੱਕੜੀ ਨੂੰ ਖਾਂਦਾ ਜਿੱਦਾਂ ਘੋਣੀ ਉਹਦਿਆ, ਹੌਲੀ 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 ਨਸ਼ਾ ਖਾ ਜਾਂਦਾ ਹੱਟੀਆਂ, ਹੌਲੀ ਹੌਲੀ ਨਸ਼ਾ ਖਾ ਜਾਂਦਾ ਹੱਟੀਆਂ। ਮਹਾਂਪੁਰਖਾਂ ਦੇ ਵੱਡੇ ਉਪਰਾਲੇ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਕਬੱਡੀ ਦੇ ਕੱਪ ਛੋ ਮੈਚਾਂ ਵਿੱਚ ਮੋਟਰਸਾਈਕਲ, ਆਹ ਦੋ ਮੋਟਰਸਾਈਕਲ ਹੈ, ਇਹ ਪਤਾ ਨੀ ਮਾਝੇ ਰਹਿਣੇ ਹੈ, ਪਤਾ ਨੀ ਦਬਾਬੇ ਜਾਣੇ ਹੈ ਕਿ ਪਤਾ ਨੀ ਮਾਲਵੇ ਜਾਣੇ ਹੈ, ਮੈਨੂੰ ਇੰਨਾ ਪਤਾ ਨੀ ਸੁੱਗਾ ਸਾਹਿਬ ਜਿੱਥੇ ਮਰਜ਼ੀ ਜਾਣ, ਪਰ ਰਾਤ ਨੂੰ ਬੂਟਿਆ 1 ਵਜੇ ਘਰੇ ਹੋਣ ਕਾਲ ਹੋ ਜਾਊ ਵੀ ਦਰਵਾਜ਼ਿਆਂ ਦੇ ਵਿੱਚ ਜਿਹੜਾ ਤੇਲ ਚੋਦੀਏ, ਮੋਟਰਸਾਈਕਲ ਆ ਰਹੇ ਆ ਮੇਰੇ ਵੀਰਿਓ, ਕਿਹਦੇ ਗਵਾਂਢ ਦੇ ਵਿੱਚ ਲੱਡੂ ਵੰਡੇ ਜਾਣੇ ਆ। ਸੁੱਗਾ ਸਾਹਿਬ ਮੇਰਾ ਖਿਆਲ ਵੀ 1 ਘੰਟੇ ਤੱਕ ਪਤਾ ਲੱਗ ਜੂ, ਬੂਟਾ 1 ਘੰਟੇ ਤੱਕ ਪਤਾ ਲੱਗ ਜਾਣਾ, ਜਿੱਦਾਂ ਬਲਕਾਰੇ ਬਣ ਨੇ ਵੀ ਫੋਨ ਕਰਤਾ ਹੋਣਾ, ਇੱਕ ਪਲੱਗ ਜਿਹੜਾ ਚੁਬਾਰੇ ਵਾਲਾ ਵਿਹਲਾ ਕਰ ਦੋ, ਮਹਾਂਪੁਰਖਾਂ ਨੇ ਐਲਈਡੀ ਦੇ ਦੀ ਹੈ, ਇੱਕ ਪਲੱਗ ਚੁਬਾਰੇ ਵਾਲਾ ਵਿਹਲਾ ਕਰ ਦਈਏ। ਲੈ ਵੀ ਬਲਕਾਰਿਆ ਅੱਜ ਤੇਰੇ ਚੁਬਾਰੇ ਦੇ ਵਿੱਚ ਵੀ ਚਾਨਣ ਹੋ ਗਿਆ ਮੇਰੇ ਵੀਰ, ਮਹਾਂਪੁਰਸ਼ਾਂ ਨੇ ਪਾਰ ਕਿਰਪਾ ਕੀਤੀ ਹੈ। ਪਹਿਲਾਂ ਮੈਨੂੰ ਲੱਗਦਾ ਕਿ ਕਲਰ ਟੀਵੀ ਥੱਲੇ ਲੱਗਾ ਸੀ, ਹੁਣ ਸਾਡਾ ਭਰਾ ਲਾ ਐਲਈਡੀ ਦੇ ਉੱਪਰ ਐਨ ਆਨੰਦ ਮਾਣਿਆ ਕਰੂਗਾ, ਸੁਣਿਆ ਕਰੂਗਾ ਖਬਰਾਂ ਦੇਸ਼ ਵਿਦੇਸ਼। ਐਲਈਡੀ ਪਹਿਲੋਂ ਬਲਕਾਰੇ ਬਣੂ ਗੋਰੇ ਸਿੰਘਾਪੁਰ ਵੱਲੋਂ ਦੇ ਸੋੜਾ ਸਿੰਘਾਪੁਰ ਉਹਦੇ ਵੱਲੋਂ ਸੁੱਗੇ ਵਾਲਿਆਂ ਵੱਲੋਂ ਧਾਲੀਵਾਲ ਦੀ ਧਰਤੀ ਤੇ ਮਿਲੀ ਸੀ, ਇੱਕ ਐਲਈਡੀ ਅੱਜ ਮਹਾਂਪੁਰਖਾਂ ਨੇ ਦਿੱਤੀ ਹੈ, ਇੱਕ ਐਲਈਡੀ ਕੈਨੇਡਾ ਦੇ ਦੀਪੇ ਵੱਲੋਂ ਕਹਿੰਦੇ ਮਿਲਣੀ ਗੱਭਰੂ ਮਾਣਿਕਾਂ ਦੀ ਧਰਤੀ ਜਿੱਥੇ 27 ਤੇ 28 ਤਰੀਕ ਨੂੰ ਰੌਣਕਾਂ ਲੱਗਣੀਆਂ, ਉਹ ਇੱਥੇ ਰੱਖੋ ਨੌਜਵਾਨ ਕੌਣ ਹੈ, ਗੋਪੀ ਹੈ ਫੇਰੂ ਮਾਨ ਦਾ, ਫੇਰੂ ਮਾਨ ਦਾ ਗੋਪੀ ਇਸ ਸਮੇਂ ਕਬੱਡੀ ਦੇ ਗਰਾਊਂਡ ਵਿੱਚ। ਆਓ ਅਮਰਤ ਆ ਮੁੰਡਾ ਕਹਿੰਦੇ ਨਵੇਂ ਪਿੰਡ ਦੇ ਕਬੱਡੀ ਕੱਪ ਦਾ ਬੈਸਟ ਧਾਵੀ ਰਿਹਾ ਮਹਾਂਪੁਰਸ਼ੋ, ਜਿਹੜਾ ਤੁਸੀਂ ਕਬੱਡੀ ਕੱਪ ਕਰਾਇਆ ਉਸ ਕਬੱਡੀ ਕੱਪ ਦਾ, ਕਹਿੰਦੇ ਇਹ ਮੁੰਡਾ ਐਨ ਸਿਰੇ ਦਾ ਰੇਡਰ ਲਾਨਿਆ ਗਿਆ, ਉਹ ਹੁਣ ਕੌਣ
ਕਰਦਾ ਡੱਕਣ ਦੀ ਗੱਲ ਲੈ ਵੀ ਬਿੱਲਿਆ ਲਾ ਕੇ ਜਹਾ ਲਿਆ ਦੇ ਸਵਾਦ ਨੌਜਨ ਜਿਵੇਂ 9-11 ਜਿੱਤਿਆ ਐਵੇਂ ਅੱਜ ਸਿਟੀ 100 ਮੋਟਰ ਸਾਈਕਲ ਜਿੱਤ ਨੌਜਨ ਐਨ ਰਿਕਾਰਡ ਪੈਦਾ ਕਰਨੇ ਆ ਕਿ ਜਿਹੜੇ ਪਾਣੀਆਂ ਚ ਲਾਉਂਦੇ ਲੋਕੀ ਤਾਰੀਆਂ ਉਹ ਪਾਣੀ ਅਸਾਂ ਪੀਤੇ ਹੋਏ ਆ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਰਮਣਾ ਕਹਿੰਦੇ ਭਿੰਡਰਾਂ ਵਾਲਾ ਕਬੱਡੀ ਪਾ ਰਿਹਾ ਹੈ ਕਿ ਬਚਪਨ ਵਿੱਚ ਪਹਿਲਾ ਉਸਤਾਦ ਮਾਪੇ ਹੁੰਦੇ ਆ ਉਂਗਲੀ ਫੜਾ ਕੇ ਜਿਹੜੇ ਚੱਲਣਾ ਸਿਖਾਉਂਦੇ ਆ ਚੰਗੇ ਮਾੜੇ ਰਾਹਾਂ ਦਾ ਧਿਆਨ ਰੱਖੀ ਪੁੱਤਰਾ ਨਾਲ ਨਾਲ ਕਲਮਾ ਗਿਆਨ ਦਾ ਪੜਾਉਂਦੇ ਆ ਤਾਂ ਉਹ ਸ਼ਹੀਦਾਂ ਬੜਾ ਲਾਡੀ ਨਾਲ ਕਲਮਾ ਗਿਆਨ ਦਾ ਤਾੜੀ ਠੋਕ ਦਿਓ ਮੇਰੇ ਵੀਰ ਸ਼ਹੀਦਾਂ ਵਾਲੇ ਦੇ ਜਫੇ ਕਿਨੋਂ ਕਿਨੋਂ ਵਧੀਆ ਲੱਗੇ ਤਾੜਾ ਜਾ ਮਾਰ ਦਿਓ ਨਾਲ ਕਲਮਾ ਗਿਆਨ ਦਾ ਪੜਾਉਂਦੇ ਨਹੀਂ ਦੇ ਕੇ ਬੁਰਕੀਆਂ ਤੇ ਰੀਝਾਂ ਨਾਲ ਪਾਲਦੇ ਨੇ ਕਰ ਕਰ ਮਾਲਸ਼ਾਂ ਦੇ ਗੱਭਰੂ ਬਣਾਉਂਦੇ ਆ ਜਦੋਂ ਚੜ੍ਹਦੀ ਜਵਾਨੀ ਕਲਾ ਅੰਦਰ ਵਾਲੀ ਜਾਗਦੀ ਹੈ ਮਹਾਂਪੁਰਸ਼ੋ ਐਨ ਕਹਿੰਦੇ ਕੋਈ ਬਣ ਜਾਂਦਾ ਲੀਡਰ ਘਰੋਂ ਘੱਟ ਪੈਰ ਨਾਮ ਲਾਕੇ ਜਿਤਵਾਉਂਦੇ ਆ ਕੋਈ ਕਰੇ ਪਹਿਲਵਾਨੀ ਕੋਈ ਸਿਆਸਤ ਚ ਪੈ ਜਾਂਦਾ ਮਹਾਂਪੁਰਖੋ ਕੋਈ ਕਰੇ ਪਹਿਲਵਾਨੀ ਕੋਈ ਸਿਆਸਤ ਚ ਪੈ ਜਾਂਦਾ ਚੰਗੀ ਔਲਾਦ ਸਿਰ ਉੱਚਾ ਰੱਖੇ ਮਾਪਿਆਂ ਦਾ ਰਾਜ ਉਹ ਬੱਲਿਆਂ ਵਾਲਿਆ ਉਹ ਚੰਗੇ 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 ਖਵਾਉਂਦੇ ਆ ਰਾਜ ਬੱਲਿਆਂ ਵਾਲਿਆ ਚੰਗੇ ਚੰਗੇ ਹੀ ਖਵਾਉਂਦੇ ਆ ਆਓ ਸਾਹਮਣੇ ਨਹੀਂ ਹੋ ਰੀਸਾ ਨੌਜਵਾਨ ਆਪਾਂ ਤੱਕਾਂਗੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਲੱਖਾ ਆ ਗਿਆ ਧਰਮਕੋਟ ਦੀ ਧਰਤੀ ਦਾ ਜਿਹਦੇ ਪੱਟਾਂ ਵਿੱਚ ਜੋਰ ਜਿਹਦੇ ਡੌਲਿਆਂ ਚ ਜਾਨ ਹੋਵੇ ਖੇਡਦਾ ਕਬੱਡੀ ਨੂੰ ਆਪਣੇ ਤੇ ਮਾਣ ਹੋਵੇ ਜਿੱਤਣਾ ਹੈ ਮੈਚ ਜਿਹਦਾ ਇੱਕ ਹੀ ਨਿਸ਼ਾਨਾ ਹੋਵੇ ਫਿਰ ਇਹੋ ਜਿਹੇ ਗੱਭਰੂ ਦਾ ਮੱਲੀ ਸਾਹਿਬ ਹਰ ਦਿਲ ਹੀ ਦੀਵਾਨਾ ਹੋਵੇ ਫਿਰ ਇਹੋ ਜਿਹੇ ਗੱਭਰੂ ਦਾ ਮੱਲੀ ਸਾਹਿਬ ਹਰ ਦਿਲ ਹੀ ਦੀਵਾਨਾ ਹੋਵੇ ਹਰ ਦਿਲ ਹੀ ਦੀਵਾਨਾ ਹੋਵੇ ਪੁਆਇੰਟ ਕਹਿੰਦੇ ਜੁੜ ਗਿਆ ਧਾਬੀ ਦੇ ਸੀ ਚਾਲੋ ਗੁਰਗਾ ਪਾ ਕਬੱਡੀ ਕਿਹਨੇ ਪਾਉਣੀ ਹੈ ਜੱਗਾ ਆ ਗਿਆ ਕਹਿੰਦੇ ਜਹਾਜ਼ ਕੋਟੇ ਵਾਲਾ ਫਿਰ ਇਹ ਕੰਧਾਂ ਕੋਲੇ ਥਾਪੀਆਂ ਤੋਂ ਮਾਰਦਾ ਪਤਾ ਲੱਗ ਜੂਗਾ ਤੋਲੇ ਹੋਏ ਭਾਰਦਾ ਜੇ ਕੋਈ ਟੱਕਰ ਗਿਆ ਭੈੜੇ ਪਰਿਵਾਰ ਦਾ ਤੇ ਕਿਤੇ ਵੀ ਨੀ ਜੀ ਲੱਗਦਾ ਘੋੜੀ ਘੋੜੀਆਂ ਚ ਵੇਖ ਲਈ ਭਜਾ ਕੇ ਘਰੇ ਪਤਾ ਕੀ ਲੱਗਦਾ ਘੋੜੀ ਘੋੜੀਆਂ ਚ ਵੇਖ ਲਈ ਭਜਾ ਕੇ ਘਰੇ ਪਤਾ ਕੀ ਲੱਗਦਾ ਘਰੇ ਦਾ ਸਾਰੇ ਹੀ ਬਬਲੂ ਜੀ ਛੋਲੇ ਪਾ ਕੇ ਖਰਕੜੇ ਮਾਰਦੇ ਆ ਪਤਾ ਲੱਗਦਾ ਜਦੋਂ ਗਰਾਊਂਡ ਤੇ ਲੈ ਕੇ ਆਈਦੀਆਂ ਫੇਰ ਪਤਾ ਲੱਗਦਾ ਘੋੜੀਆਂ ਕਿੰਨੇ ਸਾਂਭੀਆਂ ਕਿੰਨੇ ਸਾਂਭੀਆਂ ਲਾਓ ਆ ਗਿਆ ਕਹਿੰਦੇ ਸੁੱਖ ਰਾਜਾਂ ਵਾਲ ਦਾ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਰਾਜਾਂ ਵਾਲੇ ਸੁੱਖ ਦੀ ਪਈ ਹੋਈ ਕਬੱਡੀ ਹੈ ਚਾਰ ਜਾਫੀ ਹੈ ਫੇਰੂ ਮਾਨੀਏ ਗੋਪੀ ਨੂੰ ਟੱਚ ਕੀਤਾ ਉਧਰਲੇ ਪਾਸੇ ਬਲਜਿੰਦਰ ਕੋਚ ਜੀ ਸਾਡੇ ਅਮਿਤ ਸ਼ਾਹ ਦੀ ਟੀਮ ਸ਼ਹੀਦ ਜਸਵੰਤ ਸਿੰਘ ਜੀ ਕਬੱਡੀ ਅਕੈਡਮੀ ਅਮਿਤ ਸ਼ਾਹ ਤਾਰ ਰਗੜੂ ਨੀ ਸਾਡੇ ਵੀਰ ਹੈ ਤੇ ਨਾਲ ਭੂਰਿਆਂ ਦਾ ਗਿੰਦਰ ਕਰ ਤਿਆਰੀ ਕਬੱਡੀ ਦੇ ਗਰਾਊਂਡ ਵਿੱਚ ਪਿੰਦਰ ਆ ਗਿਆ ਦੋਦੇ ਵਾਲਾ ਟੱਕਿਆ ਭੂਰਿਆਂ ਨੇ ਗਿੰਦਰ ਦੀ ਟੀਮ ਕਬੱਡੀ ਦੇ ਗਰਾਊਂਡ ਵੱਲ ਲਾਓ ਸਾਹਮਣੇ ਇਧਰਲੇ ਪਾਸੇ ਨਹੀਂ ਉਹ ਰੀਸਾ ਨੌਜਵਾਨ ਆਓ ਬੱਲੇ ਬੱਲੇ ਹੋ ਗਈ ਹੈ ਬੱਲੇ ਬੱਲੇ ਹੋ ਗਈ ਹੈ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਕਿਹਨੇ ਪਾਉਣੀ ਹੈ ਲਾਓ ਰਮਣ ਆ ਗਿਆ ਕਹਿੰਦੇ ਭਿੰਡਰਾਂ ਵਾਲਾ ਗਰਜੰਟ ਆ ਗਿਆ ਮੇਰਾ ਵੀਰ ਧੁੰਨਾ ਵਾਲਾ ਇਹ ਵੀ ਨੌਜਵਾਨ ਸ਼ਹੀਦ ਭਾਈ ਲਖਵੀਰ ਸਿੰਘ ਜੀ ਕਬੱਡੀ ਅਕੈਡਮੀ ਘਰਿਆਲੇ ਦੀ ਟੀਮ ਦਾ ਐਨ ਖਿਡਾਰੀ ਆ ਮੇਰੇ ਵੀਰਿਓ ਉਧਰਲੇ ਪਾਸੇ ਕਹਿੰਦਾ ਹੇਰੂ ਮਾਨੀਆਂ ਜਫਾ ਲਾਉਂਦਾ ਤੇ ਮਾਨ ਤੇ ਸਨਮਾਨ ਦੇਵਾਂਗੇ ਮੇਰੇ ਵੀਰਿਓ ਉਹਨੇ 100-100 ਦੇ ਮਾਨ ਤੇ 200-200 ਦੇ ਮਾਨ ਤੇ ਸਨਮਾਨ ਹੋਣਗੇ ਗਰਜੰਟ ਧੁੰਨਾ ਵਾਲੇ ਦੇ ਵਿੱਚ ਵੀ ਕਹਿੰਦੇ ਸਾਨ ਜਿੰਨੀ ਜਾਨ ਹੈ ਇਹ ਵੀ ਨੌਜਵਾਨ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਦੇ ਬਹਿਜਾ ਕਰਾਉਂਦਾ ਆਓ ਪੱਟੀ ਵਾਲਾ ਬੱਲੇ 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 ਹੇ ਇੱਥੇ ਰੱਖੋ ਨਹੀਂ ਉਹ ਰੀਸਾਂ ਗੱਡੀ ਪਹੁੰਚ ਗਿਆ ਸਟੇਸ਼ਨ ਤੇ ਪਾਸੇ ਹੋ ਜਾ ਵੇ ਬਾਬੂ ਸਾਨੂੰ ਮਾਇਆ ਵੇਖਣ ਦੇ ਪਾਸੇ ਹੋ ਜਾ ਵੇ ਬਾਬੂ ਸਾਨੂੰ ਮਾਇਆ ਵੇਖਣ ਦੇ ਆਓ ਸਾਹਮਣੇ ਕਹਿੰਦੇ ਸਿੱਖ ਸਰਦਾਰ ਕਬੱਡੀ ਦੇ ਗਰਾਊਂਡ ਵਿੱਚ ਕਬੱਡੀ ਪਾਉਣ ਦੀ ਵਾਧਾ ਡੌਲਿਆਂ ਆਪਣਿਆਂ ਵਿੱਚ ਰੋਗ ਹੋਵੇ ਫਿਰ ਰੋਗ ਕਿਸੇ ਦਾ ਸਹੀਏ ਨਾ ਜੇਕਰ ਮੁੱਛਦਾ ਵੇ ਸਵਾਲ ਧੁੰਨਾ ਵਾਲਿਆ ਫਿਰ ਕਦੇ ਵੀ ਢਿੱਲੇ ਪਈਏ ਨਾ ਜੇਕਰ ਮੁੱਛਦਾ ਵੇ ਸਵਾਲ ਫਿਰ ਕਦੇ ਵੀ ਢਿੱਲੇ ਪਈਏ ਨਾ ਕੁੱਟਦੀ ਰੇਡ ਤੇ ਕਕੜੇ ਵਾਲਾ ਕਕੜੇ ਵਾਲਾ ਕਕੜੇ ਵਾਲਾ ਕਕੜੇ ਵਾਲਾ ਹੋ ਕੁੱਟਾ ਸਵਾਲ ਮੁੰਡਾ ਚਬੇੜਾ ਐ ਮਾਰਦਾ ਜਿੱਦਾਂ ਛਟਾਟਰ ਲਾਉਂਦਾ ਫੜਿਆ ਹੁੰਦਾ ਹੈਪੀ ਆ ਗਿਆ ਚੋਲਾ ਸਾਹਿਬ ਦੀ ਧਰਤੀ ਦਾ ਇਹ ਵੀ ਨੌਜਵਾਨ ਕਹਿੰਦੇ ਪ੍ਰਮੋਟਰਾਂ ਦਾ ਐਨ ਜਿੰਦ ਜਾਣ ਹੈ ਮੇਰੇ ਵੀਰੋ
200 ਹਰੇਕ ਜਫੇ ਦੇ ਉੱਤੇ ਹੈ ਜਿੰਨੇ ਫੇਰੂ ਮਾਨੀਆਂ ਜਫੇ ਲਾਉਂਦਾ ਮੇਰੇ ਵੀਰੋ ਧੁੰਨਾਂ ਵਾਲਾ ਗਰਜੰਟ ਸਾਡੀ ਜ਼ਿੰਦਗੀ ਦਾ ਮਾਣ ਹੈ ਮੇਰੇ ਵੀਰੋ ਕਹਿੰਦਾ ਵੀ ਫੇਰੂ ਮਾਨੀਆਂ ਜਿੰਨੇ ਜਫੇ ਲਾਉਂਦਾ ਉਹਨੇ 200 ਦੇ ਮਾਣ ਤੇ ਸਨਮਾਨ ਹੋਣਗੇ ਮੇਰੇ ਵੀਰੋ ਆਓ ਪਰਮਜੀਤ ਸਿੰਘ ਜੀ ਟਿੱਬਾ ਤੇ ਮੱਲੀ ਸਾਹਿਬ ਇਸ਼ਾਰੇ ਕਰਦੇ ਹੈ ਜਿੱਥੇ ਦਰਬਾਰ ਘਰਿਆਲਾ ਜੀ ਇਸ ਨਗਰ ਦੇ ਮਹਾਨ ਕਬੱਡੀ ਦੇ ਲੇਖਕ ਹੈ ਸ਼ੇਰਾ ਲੋਕੋਕੇ ਵਾਲਾ ਵੀ ਪੁੱਜਿਆ ਮੇਰੇ ਵੀਰੋ ਅਗਲੀ 300 ਹੋ ਗਿਆ ਫੇਰੂ ਮਾਨੀਆਂ ਜਿੰਨੇ ਜਫੇ ਲਾਊਗਾ 300 ਦੇ ਮਾਨ ਤੇ ਸਨਮਾਨ ਹੋਣਗੇ 200 ਹੋਰ ਕਰ ਦਈਏ 5 ਚੰਗੇ ਹੁੰਦੇ ਕਰ ਦਈਏ 500 ਕਰ ਦਈਏ ਕੋਈ ਨੀ ਬਾਤ ਜੀਵਨ ਜੀਵਨ ਕਹਿੰਦਾ ਕਰ ਦਿਓ 500 ਜਿੰਨੇ ਫੇਰੂ ਮਾਨੀਆਂ ਜਫੇ ਇਕਰਾ ਤਾੜੀ ਜ਼ੋਰ ਦੇ ਨਹੀਂ ਮਾਰ ਦੋ ਫੇਰੂ ਮਾਨੀਆਂ ਦੇ ਜੀਵਨ ਰੁੱਡੀ ਵਾਲਾ ਲਾਓ ਗੁਰਜੰਟ ਧੰਨਾ ਵਾਲਾ ਇੱਥੇ ਰੱਖੋ ਨਾ ਜੁਨਾ ਇੱਧਰ ਦਾ ਦੇ ਪਤਾ ਨਹੀਂ ਪਰ ਉਧਰ ਜਫਾ ਲੱਗੂ ਕੇ ਮੁੰਡਾ ਭੱਜੂ ਭੱਜੂ ਨਹੀਂ ਉਹ ਰਿਸ਼ਾ ਨੌਜਵਾਨ ਬੱਲੇ ਬੱਲੇ ਹੋ ਗਈ ਹੈ ਕਿ ਜਿਹਨੂੰ ਸੱਚੇ ਦਿਲੋਂ ਪਿਆਰ ਕਰੀ ਉਹਨੂੰ ਧੋਖੇ ਵਿੱਚ ਨਹੀਂ ਰੱਖੀਦਾ ਸੱਜਣ ਦੀ ਵੇਖ ਫਕੀਰੀ ਉਹਨੇ ਪਿੱਠ ਪਿੱਛੇ ਹੱਸੀ ਦਾ ਸਾਧੂ ਨੂੰ ਮੰਦਾ ਬੋਲੀਏ ਨਾ ਪਛਤਾਉਣਾ ਪੈ ਜਾਂਦਾ ਜੇ ਰੱਬ ਛੱਪਰ ਵਾੜ ਕੇ ਦਿੰਦਾ ਫਿਰ ਲਫੜ ਮਾਰ ਕੇ ਲੈ ਜਾਂਦਾ ਜੇ ਰੱਬ ਛੱਪਰ ਵਾੜ ਕੇ ਦਿੰਦਾ ਫਿਰ ਲਫੜ ਮਾਰ ਕੇ ਲੈ ਜਾਂਦਾ ਸਿਰੇ ਦਾ ਮੈਚ ਖੇਡ ਮੈਦਾਨ ਚ ਖੇਡਿਆ ਜਾ ਰਿਹਾ ਹੈ ਲਓ ਸੁਖ ਰਾਜਾਂ ਵਾਲੀਏ ਦੀ ਕਬੱਡੀ ਹੈ ਮਹਿਫਲ ਦੀ ਜਿੰਦ ਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਗਿੱਦੜ ਸ਼ੇਰ ਨਹੀਂ ਬਣਦੇ ਕਦੇ ਰੰਗਾ ਕੇ ਖੱਲਾਂ ਨੂੰ ਗਿੱਦੜ ਸ਼ੇਰ ਨਹੀਂ ਬਣਦੇ ਕਦੇ ਰੰਗਾ ਕੇ ਖੱਲਾਂ ਨੂੰ ਲਓ ਗੱਭਰੂ ਦੀ ਪਈ ਹੋਈ ਕਬੱਡੀ ਹੈ ਸਾਹਮਣੇ ਖੜ ਗਏ ਆ ਚਾਰ ਉੜਦੀ ਮਾਂ ਮਿੱਟੀ ਦੀ ਧੂੜ ਆਓ ਇੱਥੇ ਰੱਖ ਬਗਿਆੜ ਪੈ ਗਿਆ ਬਗਿਆੜ ਪੈ ਗਿਆ ਨਹੀਂ ਉਹ ਰੀਸਾ ਨੌਜਵਾਨ ਐਨ ਕਹਿੰਦੇ ਮੁੰਡਾ ਸਿੰਘ ਦੀ ਬੱਕੀ ਵਾਂਗੂ ਭੱਜ ਗਿਆ ਕਿ ਬਾਜ ਵਾਂਗੂ ਉੱਡ ਜਾਈਦਾ ਤੇ ਚ ਕਰਕੇ ਵੀ ਵੱਡੇ ਖੱਬੀ ਖਾਨ ਉਹ ਯਾਰ ਜਦੋਂ ਕੌਡੀ ਪਾਉਂਦੇ ਆ ਗੂੰਜੇ ਤਾੜੀਆਂ ਨਾਲ ਸਾਰਾ ਹੀ ਮੈਦਾਨ